on fire. Yeah, ਲਗਾਤਾਰ ਪੈ ਰਹੇ ਮੌਲਧਾਰ ਮੀਂਹ ਤੋਂ ਬਾਅਦ ਦੇ ਹਾਲਾਤ ਹੁਣ ਲੋਕਾਂ ਨੂੰ ਡਰਾ ਰਹੇ ਨੇ। ਤਸਵੀਰਾਂ ਦੇਖੋ ਕਿੰਨੀਆਂ ਖੌਫਨਾਕ ਨੇ ਕਿ ਲਗਾਤਾਰ ਪਏ ਮੀਂਹ ਤੋਂ ਬਾਅਦ ਹਰ ਥਾਂ ਪਾਣੀ ਭਰਿਆ ਹੋਇਆ ਹੈ। ਤਸਵੀਰਾਂ ਗੁਜਰਾਤ ਦੀਆਂ ਨੇ, ਗੁਜਰਾਤ ਦੇ ਵਿੱਚ ਵੀ ਸੜਕਾਂ ਦਰਿਆ ਬਣ ਗਈਆਂ ਨੇ, ਨੈਸ਼ਨਲ ਹਾਈਵੇ ਪਾਣੀ 'ਚ ਡੁੱਬ ਚੁੱਕੇ ਨੇ, ਲੋਕਾਂ ਦਾ ਬਾਹਰ ਨਿਕਲਣਾ ਵੀ ਮੁਹਾਲ ਹੋ ਗਿਆ। ਦੱਸ ਦਈਏ ਕਿ ਇੱਥੇ ਲਗਾਤਾਰ ਮੌਲਧਾਰ ਮੀਂਹ ਪਿਆ ਹੈ, ਜਿਸ ਤੋਂ ਬਾਅਦ ਨਦੀਆਂ ਦਾ ਪਾਣੀ ਦਾ ਪੱਧਰ ਵੀ ਵੱਧ ਗਿਆ ਹੈ। ਓਵਰਫਲੋ ਹੋ ਕੇ ਨਦੀਆਂ ਹੁਣ ਸੜਕਾਂ ਤੋਂ ਵਹਿ ਰਹੀਆਂ ਨੇ ਤੇ ਤਸਵੀਰਾਂ ਬੇਹੱਦ ਖੌਫਨਾਕ ਨੇ, ਜਿੱਥੇ ਪਾਣੀ ਭਰਨ ਦੇ ਨਾਲ ਲੋਕਾਂ ਦੇ ਪਸ਼ੂ ਵੀ ਇਸ ਪਾਣੀ ਦੇ ਵਿੱਚ ਰੁੜਨ ਲੱਗੇ ਨੇ, ਜਿਨ੍ਹਾਂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਤਸਵੀਰਾਂ ਦੇਖੋ ਕਿ ਪਾਣੀ ਕਿਸ ਤਰ੍ਹਾਂ ਸੜਕਾਂ ਦੇ ਉੱਤੋਂ ਵਹਿ ਰਿਹਾ ਹੈ, ਜਿਵੇਂ ਕੋਈ ਦਰਿਆ ਜਾਂ ਨਦੀਆਂ ਜੋ ਇਸ ਸੜਕਾਂ ਤੋਂ ਗੁਜ਼ਰ ਰਹੀਆਂ ਹੋਣ। ਗੁਜਰਾਤ ਦਾ ਚਾਹੇ ਮੁੰਦਰਾ ਹੋਵੇ, ਮਾਂਡਵੀ ਹੋਵੇ, ਹਰ ਥਾਂ ਤੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ। ਸਾਰੇ ਹਾਈਵੇ ਬੰਦ ਹੋ ਚੁੱਕੇ ਨੇ ਕਿਉਂਕਿ ਹਾਈਵੇ ਵੀ ਦਰਿਆ ਬਣ ਗਏ ਨੇ। ਇੱਥੇ ਸੜਕਾਂ ਦੇ ਉੱਤੇ ਪਾਣੀ ਠਾਠਾਂ ਮਾਰਦਾ ਨਜ਼ਰ ਆ ਰਿਹਾ ਹੈ। ਇਸ ਪਾਣੀ ਨੂੰ ਪਾਰ ਕਰਨਾ ਵੀ ਲੋਕਾਂ ਲਈ ਔਖਾ ਹੈ ਕਿਉਂਕਿ ਵਹਾਅ ਬਹੁਤ ਤੇਜ਼ ਹੈ। ਇੱਥੇ ਹੜ੍ਹਾਂ ਵਰਗੇ ਹਾਲਾਤ ਬਣੇ ਨੇ ਤੇ ਕਈ ਥਾਵਾਂ ਤੇ ਹੜ੍ਹ ਆ ਵੀ ਚੁੱਕਿਆ ਹੈ। ਲੋਕਾਂ ਦੇ ਘਰ ਤੱਕ ਇਸ ਪਾਣੀ 'ਚ ਡੁੱਬ ਚੁੱਕੇ ਨੇ, ਲੋਕਾਂ ਦਾ ਜਨ ਜੀਵਨ ਪ੍ਰਭਾਵਿਤ ਹੋ ਗਿਆ ਹੈ ਤੇ ਸੁਰੱਖਿਅਤ ਟਿਕਾਣਿਆਂ ਨੂੰ ਲੱਭਦੇ ਹੋਏ ਲੋਕ ਇੱਧਰ ਉੱਧਰ ਭਟਕ ਰਹੇ ਨੇ। ਗੁਜਰਾਤ ਦੇ ਵਿੱਚ ਲਗਾਤਾਰ ਪਏ ਮੀਂਹ ਤੋਂ ਬਾਅਦ ਦੇ ਹਾਲਾਤ ਇਹਨਾਂ ਤਸਵੀਰਾਂ ਦੇ ਵਿੱਚ ਬਿਆਨ ਹੋ ਰਹੇ ਨੇ, ਜਿੱਥੇ ਹਰ ਪਾਸੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ। ਲੋਕਾਂ ਦਾ ਸਮਾਨ ਤਾਂ ਪਾਣੀ ਦੇ ਵਿੱਚ ਰੁੜ ਹੀ ਰਿਹਾ ਹੈ, ਘਰ ਵੀ ਡੁੱਬ ਚੁੱਕੇ ਨੇ, ਉਹਨਾਂ ਦੇ ਪਸ਼ੂ ਜਿਹੜੇ ਨੇ ਉਹ ਵੀ ਇਸ ਪਾਣੀ 'ਚ ਰੁੜਦੇ ਹੋਏ ਨਜ਼ਰ ਆਏ ਨੇ, ਜਿਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਨੈਸ਼ਨਲ ਹਾਈਵੇ ਸਾਰੇ ਬੰਦ ਪਏ ਨੇ ਤੇ ਇਹਨਾਂ ਹਾਈਵੇਜ਼ ਦੇ ਉੱਤੇ ਪਾਣੀ ਠਾਠਾਂ ਮਾਰਦਾ ਨਜ਼ਰ ਆ ਰਿਹਾ ਹੈ। ਬਿਲਕੁਲ ਦਰਿਆ ਬਣ ਚੁੱਕਿਆ ਹੈ ਹਰ ਪਾਸੇ। ਤੁਸੀਂ ਹਾਲਾਤ ਦੇਖੋ ਕਿ ਪਾਣੀ ਨਾਲ ਕੀ ਬਣੇ ਹੋਏ ਨੇ। ਲੋਕ ਘਰਾਂ ਤੋਂ ਬਾਹਰ ਨਹੀਂ ਨਿਕਲ ਰਹੇ ਤੇ ਜਿਨ੍ਹਾਂ ਦੇ ਘਰਾਂ 'ਚ ਪਾਣੀ ਵੜ ਚੁੱਕਿਆ ਉਹ ਵੀ ਲੋਕ ਹੁਣ ਸੁਰੱਖਿਅਤ ਟਿਕਾਣਾ ਲੱਭ ਰਹੇ ਨੇ, ਜਿੱਥੇ ਉਹ ਸਮਾਂ ਬਿਤਾ ਸਕਣ। ਹਾਲਾਂਕਿ ਇਸ ਭਾਰੀ ਬਰਸਾਤ ਤੋਂ ਬਾਅਦ ਹਰ ਥਾਵਾਂ ਤੋਂ ਅਜਿਹੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਮੀਂਹ ਨੇ ਤਬਾਹੀ ਮਚਾਈ ਹੋਈ ਹੈ, ਤੇ ਗੁਜਰਾਤ ਦੀਆਂ ਇਹ ਤਸਵੀਰਾਂ ਵੀ ਸਾਹਮਣੇ ਆ ਰਹੀਆਂ ਨੇ। ਗੁਜਰਾਤ ਦੇ ਕਈ ਜਿਹੜੇ ਨੇ ਇਲਾਕੇ ਪਾਣੀ ਦੇ ਵਿੱਚ ਬਿਲਕੁਲ ਡੁੱਬ ਚੁੱਕੇ ਨੇ। ਤਸਵੀਰਾਂ ਦੇਖੋ ਕਿ ਨਦੀਆਂ ਦਾ, ਦਰਿਆਵਾਂ ਦਾ ਪਾਣੀ ਕਿਸ ਤਰ੍ਹਾਂ ਠਾਠਾਂ ਮਾਰ ਰਿਹਾ ਹੈ, ਸੜਕਾਂ ਦੇ ਉੱਤੋਂ ਦੀ ਵਹਿ ਰਿਹਾ ਹੈ। ਹਾਲਾਂਕਿ ਇੱਥੇ ਕਿਹਾ ਜਾ ਰਿਹਾ ਕਿ ਜਿਹੜੇ ਬਚੇ ਹੋਏ ਇਲਾਕੇ ਨੇ ਉਹਨਾਂ ਦੇ ਵਿੱਚ ਵੀ ਹੜ੍ਹ ਦਾ ਖਤਰਾ ਮੰਡਰਾ ਰਿਹਾ ਹੈ, ਜਿਸ ਲਈ ਲੋਕਾਂ ਨੂੰ ਉੱਥੋਂ ਬਾਹਰ ਕੱਢਿਆ ਜਾ ਰਿਹਾ ਹੈ ਤੇ ਸੁਰੱਖਿਅਤ ਥਾਵਾਂ 'ਤੇ ਲਿਜਾਇਆ ਜਾ ਰਿਹਾ ਹੈ। ਜੋ ਲੋਕ ਪਾਣੀ 'ਚ ਫਸੇ ਹੋਏ ਨੇ ਉਹਨਾਂ ਦੇ ਲਈ ਵੀ ਰੈਸਕਿਊ ਓਪਰੇਸ਼ਨ ਚਲਾਇਆ ਜਾ ਰਿਹਾ ਹੈ ਅਤੇ ਇਹਨਾਂ ਲੋਕਾਂ ਦੇ ਪਸ਼ੂਆਂ ਨੂੰ ਵੀ ਬਚਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਮੌਸਮ ਵਿਭਾਗ ਦੇ ਮੰਨੀਏ ਤਾਂ ਹਾਲੇ ਵੀ ਬਰਸਾਤ ਰੁਕੇਗੀ ਨਹੀਂ, ਬਲਕਿ ਹੋਰ ਵੀ ਮੀਂਹ ਪੈਣ ਦੇ ਆਸਾਰ ਬਣੇ ਹੋਏ ਨੇ, ਜਿਸ ਲਈ ਮੌਸਮ ਵਿਭਾਗ ਨੇ ਲੋਕਾਂ ਨੂੰ ਅਹਿਤਿਆਤ ਵਰਤਣ ਦੀ ਸਲਾਹ ਦਿੱਤੀ ਹੈ। ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ, ਐਡਵਾਈਜ਼ਰੀ ਦਿੱਤੀ ਗਈ ਹੈ। ਇੱਥੇ ਕਿਸਾਨਾਂ ਦੇ ਖੇਤਾਂ ਦੇ ਵਿੱਚ ਵੀ ਪਾਣੀ ਭਰ ਚੁੱਕਿਆ ਹੈ, ਪੂਰੀਆਂ ਦੀਆਂ ਪੂਰੀਆਂ ਫਸਲਾਂ ਉਹਨਾਂ ਦੀਆਂ ਪਾਣੀ 'ਚ ਡੁੱਬ ਕੇ ਬਰਬਾਦ ਹੋ ਚੁੱਕੀਆਂ ਨੇ। ਸੋ ਇੱਥੇ ਲੋਕਾਂ ਦੇ ਜਾਨ ਮਾਲ ਦਾ ਨੁਕਸਾਨ ਵੀ ਹੋ ਰਿਹਾ ਹੈ, ਜਿਸ ਲਈ ਪ੍ਰਸ਼ਾਸਨ ਦੇ ਵੱਲੋਂ ਵੀ ਰੈਸਕਿਊ ਓਪਰੇਸ਼ਨ ਇਹਨਾਂ ਇਲਾਕਿਆਂ ਦੇ ਵਿੱਚ ਚਲਾਏ ਜਾ ਰਹੇ ਨੇ।